ਜੀ ਸਕੋਟ ਮੋਡੀਫਾਈ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਦੇ ਵਲੋਗ 'ਚ ਤੁਹਾਨੂੰ ਫਾਰਮ ਟਰੱਕ ਨੂੰ T20 ਦਾ ਹਿੱਸਾ ਲਾਉਣਾ ਹੈ ਅਤੇ ਇਹਨੂੰ ਪਾਵਰ ਸਟੀਅਰਿੰਗ ਕਰਕੇ ਅਤੇ ਪੇਂਟ ਜੋਬ ਲਈ ਭੇਜਣਾ ਹੈ ਇਹਨੂੰ। ਅਤੇ ਬਸ ਪ੍ਰੀਤ ਭਾਅ ਜੀ ਲੱਗਿਆ ਵਾ ਆ, ਪੰਪ ਫਿੱਟ ਕਰਨ ਲੱਗੇ ਆ, ਪੰਪ ਵੀ ਹੋ ਕੇ ਆ ਗਿਆ ਵਾ। ਇਹ ਮਾਲਕ ਹੈ ਜੀ ਟਰੈਕਟਰ ਦਾ ਬਾਈ ਸਾਡਾ। ਖੜਤੇ ਜਾ, ਬਾਈ ਦਾ ਟਰੈਕਟਰ ਹੈ ਅਤੇ ਪ੍ਰੀਤ ਦੇ ਹੱਥੀ ਕਹਿੰਦਾ ਕਰਾਉਣਾ ਮੈਂ ਟਰੈਕਟਰ। T20 ਦਾ ਹਿੱਸਾ ਬਾਈ ਨੇ ਲਵਾਇਆ ਪਹਿਲਾਂ। ਬਾਈ ਪਹਿਲਾਂ ਵੀ T20 ਦਾ ਹਿੱਸਾ ਸੀ ਹੈ ਨਾ? ਪਹਿਲਾਂ ਸਾਦਾ ਹੀ ਸੀ ਹੈ ਨਾ, ਮੈਨੂਅਲ ਸੀਗਾ ਅਤੇ ਹੁਣ T20 ਦਾ ਪਾ ਕੇ ਹੈ ਨਾ ਪਾਵਰ ਸਟੀਅਰਿੰਗ ਕਰਨਾ ਹੈ ਅਤੇ ਪੇਂਟ ਜੋਬ ਲਈ ਭੇਜਣਾ। ਕਿਹਦੇ ਕੋਲ? ਘੁਮਾਣ ਪਿੰਡ। ਠੀਕ ਹੈ, ਬਾਕੀ ਜਿੱਦਣ ਰੈਡੀ ਹੋ ਗਿਆ ਆਰਬੀਡੋਰ ਲਾਤਾ ਆ ਇਹਦਾ, ਬਾਕੀ ਪੰਪ ਫਿੱਟ ਕਰਦਾ ਪਿਆ ਪ੍ਰੀਤ। ਕਾਲਾ ਸਧਾਨੀ ਸਾਡਾ, ਇਹ ਪੰਜਾਬੀ ਹੈ, ਇੱਧਰ ਆ ਕੇ ਪੰਜਾਮੀ ਪੰਜਾਬੀ ਬਣ ਗਿਆ ਵਾ। ਉੱਦਾਂ ਇਹ ਸਧਾਨੀ ਹੈ, ਜਮਾਂਦਰੂ ਇੱਥੇ ਰਹਿੰਦਾ ਇਹ। ਕਾਲੇ ਤੇਰੀ ਪੱਗ ਨੂੰ ਹੱਥ ਪਾਇਆ, ਸੋਰੀ ਯਾਰ। ਬਾਕੀ ਜਿੱਦਣ ਰੈਡੀ ਹੋ ਗਿਆ ਉੱਦਣ ਵੀਡੀਓ ਬਣਾ ਕੇ ਪਾਵਾਂਗੇ ਬਾਕੀ ਦੀ। ਬਸ ਕੱਲ੍ਹ ਨੂੰ ਐਨ ਸੈੱਟ ਰੈਡੀ ਹੋ ਜਾਣਾ, ਕੱਲ੍ਹ ਤੁਹਾਨੂੰ ਵੀਡੀਓ ਪੂਰੀ ਪਾਵਾਂਗੇ ਜਦੋਂ ਐਨ ਪੂਰਾ ਰੈਡੀ ਹੋ ਜਾਂਦਾ ਹੈ। ਓਕੇ ਆ, ਹੁਣ ਸਕੋਰ ਟਰੈਕਟਰ ਮੋਡੀਫਾਈ 'ਚ ਤੁਹਾਡਾ ਸਵਾਗਤ ਹੈ। ਲਓ ਜੀ, ਅੱਜ ਦਾ ਵਲੋਗ ਹੋ ਗਿਆ ਸ਼ੁਰੂ। ਅੱਜ ਅਸੀਂ ਪੱਟਿਆ ਵਾ ਇਹਦਾ ਗੈਸ ਕੱਟ, ਭੱਠੀ ਪੱਟ ਲੈਣੀ, ਇਹਦਾ ਹਿੱਸਾ ਪੱਟਿਆ ਵਾ ਉੱਪਰੋਂ, ਹੈੱਡ ਪੱਟਣਾ ਇਹਦਾ, ਗੈਸ ਕੱਟ ਪਾਉਣਾ ਇਹਦਾ ਅਤੇ ਇਹਦੇ ਵਾਲਾਂ ਦਾ ਕੁਛ ਨਾ ਕਰਾਉਣਾ ਕੰਮ, ਹੈ ਨਾ? ਬਸ ਪੱਟ ਦਾ ਸ਼ੋ ਸ਼ੂ ਲਾਤੀ ਆ, ਕਿਉਂਕਿ ਕੰਮ ਦਾ ਟਾਈਮ ਹੈ ਹੁਣ। ਪਹਿਲਾਂ ਹੀ ਹੱਥ ਫੇਰ ਦੇਣਾ ਇੱਥੇ, ਵਿੱਚ ਨਹੀਂ ਨਾ ਅੜੀ ਹੋਊਗੀ ਕੋਈ, ਇਸ ਕਰਕੇ ਪਹਿਲਾਂ ਹੀ ਸਾਰਾ ਕੰਮ ਨਿਬੇੜ ਦੇਣਾ। ਸਲਾਂਸਰ ਕਿਆ ਵੀ ਸ਼ੋ, ਪਾਣੀ ਨਿਕਲ ਜਾਂਦਾ ਸੀ ਹੈ ਨਾ ਰੇਡੀਏਟਰ ਦਾ ਸਾਰਾ, ਕੂਲੈਂਟ ਪਾਇਆ ਉਹ ਵੀ ਬਾਹਰ, ਥੋੜ੍ਹਾ ਗਰਮ ਹੋਣ ਲੱਗ ਪਿਆ ਸੀਗਾ ਉਹਦੇ ਕਰਕੇ ਹੁੰਦਾ ਸੀਗਾ। ਬਾਕੀ ਤਾਂ ਕੋਈ ਪਰਵਾਹ ਨਹੀਂ ਹੈ ਇਹਨੂੰ, ਆਹ ਟਾਈਮ ਟੂ ਟਾਈਮ ਹੱਥ ਫੇਰੀ ਜਾਈਦਾ। ਖੋਲ ਗਏ ਫਟਾਫਟ, ਅੱਜ ਤਾਂ ਨਹੀਂ ਡੇ ਹੋਣਾ, ਪੁੱਜੋਗੇ ਫਟਾਫਟ ਕਰਕੇ ਕੰਮ ਕਰੇ ਦੇਣਾ ਫਿਰ ਅੱਜ।
ਸਾਢੇ 3 ਹੋਏ ਆ ਪੂਰੇ। 5 ਵਜੇ ਤੱਕ ਦੁਕਾਨਾਂ ਰਹਿਣੀਆਂ ਨੇ। 5 ਵਜੇ ਤੱਕ ਅੱਧਾ ਘੰਟਾ ਲੱਗਣਾ ਹੋਰ ਇਹਨੂੰ ਖੋਲਣ ਵਾਸਤੇ। ਚਾਚਾ ਜਾ ਇੱਕ ਬੱਠਲ ਲਿਆਇਓ ਜਾਂ ਇੱਕ ਉਹ ਲਿਆਇਓ ਬਾਲਟੀ। ਚਲੋ ਦੋਸਤੋ ਫਿਰ ਮਿਲਦੇ ਹਾਂ ਥੋੜ੍ਹੀ ਦੇਰ ਬਾਅਦ। ਬਸ ਖੋਲ ਲਈਏ ਥੋੜ੍ਹਾ ਕਰ ਲਈਏ, ਫਿਰ ਉਹਦੇ ਬਾਅਦ 'ਚ ਫਿਰ ਤੁਹਾਨੂੰ ਦਿਖਾਉਣਾ ਜਦੋਂ ਪੱਟਦੇ ਹਾਂ। ਪਰ ਨਟ ਨੁਟ ਖੋਲ ਲਈਏ ਜ਼ਰਾ, ਕਰ ਲਈਏ ਸੈਟਿੰਗ ਜੀ। ਚਲੋ ਠੀਕ ਹੈ ਜੀ, ਥੋੜ੍ਹੀ ਦੇਰ ਬਾਅਦ ਮਿਲਦੇ ਹਾਂ ਫਿਰ ਜੀ। ਮਿੱਤਰੋ ਦੇਖੋ ਤਾਂ ਟੈਪਟਾਂ ਦਾ ਲਈਆਂ ਪੱਟ, ਬਸ ਇਹਨੂੰ ਚੱਕਾਂਗੇ। ਬਸ ਨਟ ਢਿੱਲੇ ਰਹਿ ਗਏ, ਚਾਰ ਕੁ ਕਰਨੇ, 3 ਰਹਿ ਗਏ, 1 2 3। ਚਾਚਾ ਬਾਲਟੀ ਲਿਆ ਦੇ ਉਧਰੋਂ ਇੱਕ, ਲੈ ਦੇ ਕਿੱਥੇ ਬਾਲਟੀ, ਬਾਲਟੀ ਆ ਰੱਖ ਲੈ ਦੂਜੇ ਵਿੱਚ ਪਾਏ। ਉਹ ਚੱਕ ਤੂੰ ਡਾਂਬਾ ਚੱਕ ਲੈ। ਇਹ ਤਾਂ ਜਿੰਨਾ ਵੀ ਕੰਮ ਹੈ ਘਰੇ ਕਰੀਦਾ, ਇਹਦਾ ਮਾੜਾ ਮੋਟਾ ਕੰਮ ਹੋਵੇ ਫਿਰ ICU 'ਚ ਲੈ ਕੇ ਜਾਈਦਾ, ਨਹੀਂ ਤਾਂ ਘਰੇ ਇਲਾਜ ਕਰੀਦੇ ਸਾਰੇ। ਪਿਆਰ ਨਾ ਪਿਆਰ ਨਾ ਪਿਆਰ ਨਾ ਦੇਖੇ ਕਿਤੇ ਟੁੱਟ ਗਿਆ ਨਾ ਵਿੱਚ, ਬਲਾਕ ਪੱਟਣਾ ਪੈ ਜੂ। ਅੱਜ ਸਾਡੇ ਰੁਦਰ ਦਾ ਜਨਮ ਦਿਨ ਵੀ ਹੈ, ਸ਼ਾਮ ਨੂੰ ਤੁਹਾਨੂੰ ਉਹ ਵੀ ਦਿਖਾਵਾਂਗੇ ਸ਼ਾਮ ਟਾਈਮ। ਇਹਦੇ ਲਈ ਇੱਕ ਗਿਫਟ ਲਿਆਂਦਾ ਵਾ, ਦਿਖਾਵਾਂਗੇ ਤੁਹਾਨੂੰ ਅੱਜ ਸ਼ਾਮ ਨੂੰ, ਸਾਰੀ ਪਾਰਟੀ ਦਾ ਇੰਜੋਏ ਕਰਾਵਾਂਗੇ। ਹੈਂ ਖੋਲਦੇ ਖੋਲਦੇ ਐਨ ਮੈਂ ਕਿਹਾ ਪਾਪਾ, ਮੈਂ ਕਿਹਾ ਮੈਂ ਕੀ ਲੈਣਾ ਪੁੱਤ ਤੂੰ, ਕਹਿੰਦਾ ਪਾਪਾ ਮੈਨੂੰ ਥਾਰ ਲਿਆ ਕੇ ਦਿਓ। ਕਹਿੰਦਾ ਕਹਿੰਦਾ ਆਹੋ, ਕਹਿੰਦੇ ਮੈਨੂੰ ਥਾਰ ਲਿਆ ਕੇ ਦਿਓ। ਮੈਂ ਕਿਹਾ ਪੁੱਤ ਤੂੰ ਤਾਂ ਹਜੇ ਛੋਟਾ ਆ, ਥਾਰ ਕਿੱਦਾਂ ਚਲਾਉਣੀ ਤੂੰ। ਨਾ ਪਾਪਾ, ਕਹਿੰਦਾ ਬੱਚੇ ਚਲਾ ਲੈਂਦੇ ਫੋਨ ਦੇ ਵਿੱਚ, ਚਲਾਉਂਦੇ ਆ ਬੱਚੇ। ਮੈਂ ਕਿਹਾ ਅੱਛਾ, ਫੋਨ ਦੇ ਵਿੱਚ ਚਲਾਉਂਦੇ ਆ ਬੱਚੇ। ਕੋਈ ਨਹੀਂ, ਅੱਜ ਤੈਨੂੰ ਥਾਰ ਲਿਆ ਕੇ ਦਿੰਦੇ ਫਿਰ। ਸਵੇਰ ਦਾ ਆਪਾਂ ਇੱਦਾਂ ਹੀ ਖੜ੍ਹਾ ਕੀਤਾ ਸੀਗਾ, ਅਤੇ ਸਟਾਰਟ ਨਹੀਂ ਨਾ ਕੀਤਾ ਇਹਦੇ ਕਰਕੇ, ਕਿਉਂਕਿ ਠੰਡਾ ਪੱਟਣਾ ਪੈਂਦਾ ਇਹ, ਗਰਮ ਹੋ ਜਾਣਾ। ਗੱਡੀ ਲਿਆਉਣ ਖਿੱਚ ਕੇ ਲਿਆਂਦਾ ਉੱਥੋਂ ਵੀ ਪਰਿਓਂ ਵੀ, ਉਹ ਟਰੈਲੀ ਦੇ ਪਰਲੇ ਪਾਸੇ ਸੀਗਾ ਖੜ੍ਹਾ, ਗੱਡੀ ਨਾਲ ਇੱਥੇ ਤੱਕ ਲਿਆਂਦਾ ਖਿੱਚ ਕੇ, ਨਾ ਲਿਆਂਦਾ ਝੋਟੀ ਨਾਲ। ਬਾਈ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਵੀ ਕਰ ਦਿਆ ਕਰੋ, ਬਾਕੀ ਮਰਜ਼ੀ ਹੈ ਜੀ ਤੁਹਾਡੀ।
ਅਸੀਂ ਤਾਂ ਤੁਹਾਡੇ ਸਿਰ ਤੇ ਹੀ ਆ। ਹੁਣ ਡੇਲੀ ਵਲੌਗ ਪਾਇਆ ਕਰਨਾ, ਬਣਾ ਕੇ ਡੇਲੀ ਨਵਾਂ ਵਲੌਗ ਬਣਾਇਆ ਕਰਨਾ ਪਾਇਆ ਕਰਨਾ। ਬਾਕੀ ਬਾਈ ਜੇ ਦੱਸਿਓ ਮੈਨੂੰ ਜੇ ਉੱਪਰ ਜਿੱਦਾਂ ਯੂਟਿਊਬ ਦੇ ਉੱਪਰ ਸਕੋਟ ਮੋਡੀਫਾਈ ਨਾਮ ਲਿਖਿਆ ਵਾ, ਚੇਂਜ ਕਰ ਸਕਦੇ ਹਾਂ ਉਹਨੂੰ ਨਾਮ ਨੂੰ, ਇਹਦੇ ਬਾਰੇ ਵੀ ਦੱਸਿਓ ਕੁਛ, ਕਿਉਂਕਿ ਸਾਨੂੰ ਤਾਂ ਇਹਨਾਂ ਬਾਰੇ ਪਤਾ ਨਹੀਂ ਹੈਗਾ ਹਜੇ। ਜੇ ਹੋਇਆ ਕਿਸੇ ਨੂੰ ਪਤਾ ਤਾਂ ਦੱਸਿਓ, ਸਕਦੇ ਹਾਂ ਕਰ ਚੇਂਜ ਜਾਂ ਨਹੀਂ ਕਰ ਸਕਦੇ, ਇਹਦੇ ਬਾਰੇ ਦੱਸਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰਾ ਬਾਈ। ਕਿੱਦਾਂ ਆਈ ਵਿੱਚ ਅੱਜ ਉਹਨੂੰ ਪਤਾ ਉਹਦੀ ਥਾਰ ਆਈ ਵੀ ਆ ਤਾਂ ਨਹੀਂ ਨੀਂਦ ਪੈਂਦੀ ਵੀ ਉਹਨੂੰ। ਚਾਚਾ ਆ ਜਾ ਪਟਿਆਈ ਮਾੜਾ ਜਾ ਪਟਿਆਈ, ਆਹ ਫੋਟ ਇੱਦਾਂ ਹੀ ਫੜ ਕੇ ਰੱਖਣਾ ਵਾ ਇੱਦਾਂ। ਚਾਚਾ ਸਾਡਾ ਵੀਡੀਓ ਬਣਾਉਂਦਾ ਗੱਡੀ ਤਾਂ ਲੰਘਣ ਜਾਣੀ ਇੱਧਰੋਂ, ਕੱਲ੍ਹ ਤੁਹਾਨੂੰ ਦਿਖਾਵਾਂਗੇ ਪਿੰਡ ਦੀ ਬੋਲੀ, ਜ਼ਮੀਨ ਦੀ ਸਰਕਾਰੀ ਜ਼ਮੀਨ ਦੀ ਬੋਲੀ ਵੀ ਦਿਖਾਵਾਂਗੇ। ਸਰਕਾਰੀ ਜ਼ਮੀਨ ਦੀ ਬੋਲੀ ਹੈ ਸਾਡੇ ਪਿੰਡ ਦੀ, ਜਿੱਦਾਂ ਸਾਂਝੀ ਜ਼ਮੀਨ ਹੈ ਸ਼ਾਮ ਲਾਟ ਸਰਕਾਰੀ, 50-60 ਖੇਤ ਹੈ ਸਾਡੇ ਪਿੰਡ ਦੇ, ਉਹਦੀ ਬੋਲੀ ਹੁੰਦੀ ਹੁੰਦੀ ਪੰਚਾਇਤੀ ਜ਼ਮੀਨ। ਅਸੀਂ ਐਤਕੀ ਦੇਣੀ ਸੀਗੀ, ਮੈਂ ਐਤਕੀ ਫੜੇ ਪਿਆ ਲੰਬੜਦਾਰੀ ਦੇ ਫਾਰਮ, ਇਸ ਕਰਕੇ ਮੈਂ ਦੇ ਨਹੀਂ ਸਕਦਾ ਬੋਲੀ। ਥੱਲੇ ਜਾਂ ਪੰਚਾਇਤ ਹੈ ਜਾਂ ਫਿਰ ਕੋਈ ਵੀ ਜ਼ਮੀਨ ਹੈ ਪੰਚਾਇਤ ਦੀ ਜਾਂ ਕੋਈ ਕਬਜ਼ਾ ਕੀਤਾ ਵਾ ਜਾਂ ਫਿਰ ਕੋਈ ਸਰਕਾਰੀ ਬੋਲੀ ਦਿੰਦਾ ਹੋਵੇ ਜਾਂ ਸਰਕਾਰੀ ਜੋਬ ਕਰਦਾ ਹੋਵੇ, ਉਹ ਤੋਂ ਲੰਬੜਦਾਰੀ ਦੇ ਫਾਰਮ ਨਹੀਂ ਭਰ ਸਕਦਾ, ਫਾਇਲ ਨਹੀਂ ਭਰ ਸਕਦਾ। ਚਲੋ ਹਿਲਾ ਕੇ ਜਮਿਆ ਹੀ ਪਿਆ ਜਾਮ ਹੋਇਆ ਪਿਆ, ਜਾਮ ਹੋਇਆ ਪਿਆ ਹੈ ਮਗਰੇ ਲੱਗਿਆ, ਹਿੱਲ ਗਿਆ ਹਿੱਲ ਗਿਆ ਹਿੱਲ ਗਿਆ। ਬਣ ਗਈ ਗੱਲ, ਬਸ ਕਰ ਬਸ ਕਰ, ਇੰਨਾ ਨੁਕਸਾਨ ਹੋ ਤੁਸੀਂ। ਇਹ ਸਾਡੇ ਰਾਣਾ ਜੀ ਆ, ਇਹਨਾਂ ਦੇ ਸਿਰ 'ਤੇ ਹੀ ਆ ਸਾਰਾ ਘਰ ਸਾਡਾ, ਡੰਗਰਾਂ ਦਾ ਜੋ ਵੀ ਹੈ, ਬਾਕੀ ਖੇਤਾਂ ਖੂਤਾਂ ਦਾ ਅਸੀਂ ਕਰੀਦਾ।
ਟੇਪਾਂ ਕੱਢ ਦਿੱਤੀਆਂ ਸਭ ਕੁਝ ਕੱਢ ਤਾ ਜੀ ਇੱਧਰੋਂ 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 ਵੀ ਹੱਥ ਪਾਓ ਨਾ ਦੋਨੋਂ ਹੱਥ ਪਾਓ ਕਹਿੰਦੇ ਜਾਈ ਭੱਜ ਕੇ ਆ ਗਿਆ ਮੁੰਡੇ ਨੂੰ ਭਾਰ ਲੱਗ ਗਿਆ ਭਾਰੀ ਬਹੁਤ ਕਹਿੰਦਾ ਭੱਠੀ ਮੇਰਾ ਤਾਂ ਫੋਨ ਹੀ ਟੁੱਟ ਜਾਣਾ ਸੀ ਦੇਖ ਲਓ ਹਾਲਤ ਬਾਲ ਦੇਖਦਾ ਮਾੜੇ ਜਿਹੇ ਚੱਕ ਕੇ ਆਪਾਂ ਨੂੰ ਬੈਠ ਜੇ ਹੋਣਾ ਹੈਗਾ ਮੈਂ ਹੈ ਨਾ ADI ਹੈ ਪਹਿਲਾਂ ਹੀ ਕੀਤਾ ਵਾ ਜੀ ਇਹ ਦੇਖਦੇ ਹੋਣੇ ਆ ਤੁਸੀਂ ਆਹ ਸ਼ੇਕ ਜਿਹੜਾ ADI ਹੈ ADI ਲੋਕ ਤਾਂ ਹੁਣ ਕਰਾਉਂਦੇ ਫਿਰਦੇ ਅਸੀਂ ਤਾਂ ਪਹਿਲੀਆਂ 'ਚ ਕਰਾ ਕੇ ਛੱਡਿਆ ਆ ਅਤੇ ਜੈਨ ਵੀ ਨਵਾਂ ਹੀ ਲਿਆਵਾਂਗੇ ਗੈਸਕਟ ਦਾ ਹੈ ਨਾ ਗੈਸਕਟ ਨਵਾਂ ਪੈਣਾ ਇਹ ਤਾਂ ਨਵਾਂ ਹੀ ਲਿਆਵਾਂਗੇ ਇਹਨੂੰ ਛਿੱਲ ਦੇਣਾ ਰਿੰਗ ਰੁੰਗ ਕਿੱਦਾਂ ਇਹਦੇ ਚਲੋ ਚੱਲੀਏ ਬਸ ਅੱਛਾ ਇਹਦੇ ਉੱਪਰ ਚਲੋ ਜੀ ਬਾਕੀ ਤੁਹਾਨੂੰ ਉੱਥੇ ਮਿਲਦੇ ਆ ਜਾ ਕੇ ਲੈ ਕੇ ਚੱਲੇ ਆ ਬਸ ਰੋਪੜ ਦੇਖਦੇ ਲੈ ਕੇ ਜਾਣਾ ਰੋਪੜ ਜਾਂ ਨਵਾਂ ਸ਼ਹਿਰ ਲੈ ਕੇ ਜਾਣਾ ਇੱਥੋਂ ਕਰਾਉਂਦੇ ਹੈਗਾ ਜੋੜ ਸੈੱਟ ਕਰਕੇ ਲੈਣੀ ਸਮਝ ਲੱਗੀ ਕਿ ਨਹੀਂ ਹਵਾ ਜੀ ਮਾਰਦਾ ਨਾ ਜੋੜ ਸੈੱਟ ਕਰ ਦੋ ਠੀਕ ਹੈ ਇੱਕੋ ਆਹੀ ਨੌਜ ਲੈ ਕੇ ਜਾਣੀ ਤਿੰਨੇ ਲੈ ਜਾਓ ਤਿੰਨੇ ਸੈੱਟ ਕਰਾ ਦਿਓ ਅੱਛਾ ਜੀ ਇਹ ਡਾਕਟਰ ਪ੍ਰੀਤ ਡਾਕਟਰਾਂ ਦੇ ਮਾਹਰ ਡਾਕਟਰ ਕੋਈ ਵੀ ਬਿਮਾਰੀ ਹੋਵੇ ਕੋਈ ਪ੍ਰੋਬਲਮ ਹੋਵੇ ਸਾਡਾ ਮਨ ਬਣਾ ਕੇ ਬੋਲ ਕੀਤਾ ਇਹਦੇ ਵਿੱਚ ਡਬਲ ਬਾਹਰ ਹਰੇਕ ਨਟ ਚ ਭਰਨੀ ਕਿੰਨੇ ਨਟ ਓਨੇ ਖੇਡ ਲੈਣੀਆਂ ਓਨੀਆਂ ਬਾਹਰ ਹਰੇਕ ਨਹੀਂ ਨਹੀਂ ਹਵਾ ਬਣੀ ਹੋਈ ਵਿੱਚ ਗੈਸ ਬਣਨ ਲੱਗ ਪਈ ਚਲੋ ਫੂਕ ਮਾਰੋ ਪਹਿਲੇ ਫੂਕ ਮਾਰੋ ਮੰਮੀ ਫੂਕ ਮਾਰਨੀ ਤੁਸੀਂ ਵੀ ਤਾਂ ਨਾਲ ਰੁਦਰ ਨੇ ਪਹਿਲਾਂ ਫੂਕ ਮਾਰੋ ਫੂਕ ਮਾਰੋ ਫੂਕ ਮਾਰੋ ਮਾਂ ਕੋ ਵੀ ਮਾਰਨੇ ਦੋ ਨਾ ਮਾਂ ਕੋ ਕੋਈ ਨੀ ਕੋਈ ਨੀ Happy birthday to you Happy birthday ਹਜੇ ਨਹੀਂ ਖਾਣਾ ਸਬਰ ਨਹੀਂ ਹੈ ਇਹਦੇ ਚ ਇਹ ਭਾਜੀ ਜੀ ਜਾਂਦੇ ਸੀ ਪਹਿਲੀ ਕਰੀਮ ਚੱਕ ਕੇ ਕੱਢ ਲੈ ਵੀਰੇ ਤਾਂ ਇਹ ਕਰੀਮ ਬੋਰਡ ਬਣਾਇਆ ਹੈ ਕਰੀਮ ਦੇ ਬਣਾਏ ਹੋਏ ਮੈਂ ਚਾਹਦੀ ਹਾਂ ਕਿ ਮੈਂ ਅੱਜ ਦੋਨਾਂ ਨੇ ਕੇਕ ਖਾਣਾ ਹਾਂ ਦੋਨਾਂ ਨੇ ਖਾਣਾ ਹੋਰ ਕੀ ਦੋਨਾਂ ਨੇ ਖਾਣਾ ਹੋਰ ਕੀ ਆਇਆ ਅੱਛਾ ਪੁੱਤ ਕੀ ਦਾ ਇਹ ਵੀ ਦੱਸ ਮਾਂ ਦਾ ਇੱਕ ਵਾਰੀ ਦੱਸ ਦੇ ਜ਼ੋਰ ਨਾਲ ਇੱਧਰ ਮਾਂ ਦਾ ਅੱਛਾ ਐਸੇ ਚਿਲਾਤੇ ਨਹੀਂ ਅੱਛਾ ਸਿੱਧੇ ਇੱਧਰ ਦੇਖਿਓ ਬੋਲਦੇ ਨਾ ਕਿੱਧਰ ਸੜਦੇ ਇੱਧਰ ਦੇਖਿਓ ਉੱਪਰ ਹਾਂ ਰੁਦਰੇ
ਦੇਖੋ ਜਨਮ ਦਿਨ ਕੇਕ ਤਾਂ ਤੂੰ ਹੀ ਕਟਵਾਣਾ ਆ ਕੇ ਸਭ ਨਾਲ ਨਾਲ ਤੂੰ ਕਟਵਾ ਬਟਨ ਉੜਨੀ ਮੈਂ ਪੱਟੇ ਦਿੱਤੀ ਨਹੀਂ ਨਹੀਂ ਕਟਵਾ ਤੁਸੀਂ ਮੈਨੂੰ ਨਹੀਂ ਆ ਜਾ ਤੁਸੀਂ ਨਹੀਂ ਨਹੀਂ ਕੁਛ ਨਹੀਂ ਕੱਟੋ ਮਾਸੀ ਬੈਠੋ ਆ ਜਾ ਚਲੋ ਲੱਡੂ ਦਾ ਕਸਮ ਆ ਜਾ ਤੂੰ ਸੀ ਰਾਜਾ ਦੋ ਜੇ ਰੁਦਰ ਸਾਹਮਣੇ ਦੇਖੋ ਤਾਂ ਚਲੋ ਇਹ ਪਹਿਲਾ ਲੱਡੂ ਵਾਲਾ ਕੱਟਿਆ ਜਾਊਗਾ ਓਕੇ ਬਰਥਡੇ ਟੂ ਯੂ ਦੀਦੀ ਹੱਥ ਲਾਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆ ਰੁਕ ਜਾ ਆਇਆ ਹੋਇਆ ਨਹੀਂ ਹੋਇਆ ਤੂੰ ਨਾ ਆਸੀ ਇਧਰ ਆ ਕੇ ਬਦਮਾਸ਼ ਬੰਦਾ ਟੂ ਯੂ ਹੈਪੀ ਬਰਥਡੇ ਉੱਪਰ ਦੇਖਿਓ ਮੋਟੂ ਪਤਲੂ ਬਣਾਓ ਗੰਦਾ ਬੱਚਾ ਬਈ ਥੈਂਕ ਯੂ ਨਹੀਂ ਬੋਲਾ ਆਪਣੇ ਚਾਚੂ ਕੋ ਥੈਂਕ ਯੂ ਤੋ ਬੋਲੋ ਇਧਰ ਗਿਫਟ ਆ ਗਿਆ ਪਹਿਲੇ ਫੋਟੋ ਖਿਚਵਾ ਲੈ ਫੋਟੋ ਖਿਚਾਓ ਪਹਿਲਾਂ ਭਾਈ ਕਹਿੰਦੇ ਇਹ ਨਾ ਜਿਹੜੇ ਅੱਜ ਦੇ ਨਵੇਂ ਫਾਰਮ ਆਉਂਦੇ ਆ ਉਹਨਾਂ 'ਚ ਬਾਲ ਆਉਂਦੇ ਇਹ ਅੱਛਾ ਕਹਿੰਦਾ ਇਹਨਾਂ 'ਚ ਪਾਏ ਹੋਏ ਆ ਕਹਿੰਦਾ ਤਾਂ ਹੀ ਝੋਟਾ ਜ਼ੋਰ ਮਾਰਦਾ ਹੈ ਨਾ ਸਟਾਰਟਿੰਗ ਵੀ ਬਹੁਤ ਤਕੜੀ ਹੈ ਔਰ ਹੈ ਹੀ ਨਹੀਂ ਕੋਈ ਇਹ ਪਰਵਾਹ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਚਲੋ ਹੁਣ ਸਵੇਰ ਨੂੰ ਮਿਲਦੇ ਹਾਂ ਪ੍ਰੀਤ ਕੋਲ ਫਿਰ ਇੱਥੇ ਹੀ ਕੱਲ੍ਹ ਹੁਣ ਲੈ ਕੇ ਜਾਵਾਂਗੇ ਅਤੇ ਸਵੇਰੇ ਮਿਲਦੇ ਹਾਂ ਠੀਕ ਹੈ ਬਾਈ ਹਾਂ ਸਵੇਰੇ ਨਾਲੇ ਦਿਖਾਵਾਂਗੇ ਨਾਲੇ ਦਿਖਾਵਾਂਗੇ ਅਤੇ ਨਾਲੇ ਫਿੱਟ ਕਰਾਂਗੇ ਸਾਡੇ ਜਨਮ ਦਿਨ ਦਾ ਹੀ ਪਤਾ ਤਾਂ ਇਹਨਾਂ ਨੇ ਨਾਨੇ ਨੇ ਪੁੱਛਿਆ ਬੈਠੋ ਆਰਾਮ ਸੇ ਬੈਠੋ ਉਧਰ ਪੀਤੇ ਤੇ ਵੀ ਖਿੱਚੋ ਸਪਨਾ ਕਿੱਧਰ ਗਈ ਹੈ ਇੱਧਰ ਆ ਤੂੰ ਵੀ ਕਿੱਧਰ ਆ ਇੱਧਰ ਆ ਜਿਹੜੀਆਂ
ਮੈਂ ਕਿਹਾ ਜਿਹੜੀਆਂ ਮੇਰੀਆਂ ਜਾਨਾਂ ਫੋਟੋ ਕਿੰਨਾ ਕਰ ਲਈਆਂ ਮੈਂ ਤਾਂ ਫੋਟੋ ਅੱਛਾ ਮੈਂ ਫੋਟੋ ਪਹਿਲਾਂ ਤੇ ਕੇਕ ਕਟਵਾ ਲਓ ਬਾਕੀ ਕਰ